Thank you.
Thank you.
शास्त्र में लिखा हुआ दाहिना हाथ जो होता है वो अपना होता है, बायां जो होता है खब्बा जनानी का। हाँ जी डॉक्टर साहब। जो पुण्य करेंगे वो आधा भाग स्त्री ले लेती है, पाप करेंगे वो सारा लेंगे। Thank you.
Thank you.
Thank you.
ما بعد يوم
ਜਪਿਆ ਵਚਨ ਛਕਿਆ ਦੇਖ ਚਲਾਈ ਤੇ ਵਾਹੀ ਦੇ ਕੇ
ਜਗਤਿਕਾਰ ਤਿਨਹਾ ਪਿਆਰਿਆ ਸੁਤਿਆਰਿਆ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਕੇ ਸੀਸ ਦਿੱਤੇ ਬੰਦ ਬੰਦ ਕਟਵਾਏ ਉੱਪਰ ਨਾਲ ਹੰਡੀਆਂ ਤਨ ਆਰਿਆ ਨਾਲ ਚਰਾਏ ਗਏ ਦਰਖਤੀਆਂ ਦੇ ਕੜੇ ਤੇਰੇ ਭਾਣੀ ਨੂੰ ਮਿੱਠਾ ਕਰਕੇ ਮੰਨਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਤਿਨਹਾਂ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਕੋ ਵਾਹਿਗੁਰੂ 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 ਚਿਤਾਵੈ ਚਿਤਾਵਨ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰੱਖਿਆ ਰਾਜ ਦੇਵ ਤੇਵ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਮੂਲ ਬਾਲੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਕਵੇਕ ਦਾਨ ਸਾਹ ਦਾਨ ਪੁਰਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਗੰਗੇ ਜਿਗੋ ਜਪ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਨ ਜੀ ਮਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਨੂੰ ਧਰਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਨਾਮ ਖਾਲਸਾ ਜੀ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਅਤੇ ਉੱਤਿਆਂ ਦੇ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਗਲ ਉਦਮ ਨਹੀਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਆਪ ਜੀ ਦੇ ਦਰ ਘਰ ਦੇ ਸੇਵਕ ਪਿੰਡ ਬਭੇਦੇ ਵਾਲਾ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਸੱਚੇ ਪਾਤਸ਼ਾਹ ਜੀ ਸਵਾਮੀ ਮਹੇਸ਼ ਮੁਨੀ ਬਾਬੇ ਬੋਰੇ ਵਾਲਿਆਂ ਦੀ ਅੱਠਵੀਂ ਬਰਸੀ ਮਨਾ ਰਹੀਆਂ ਹਨ ਸੱਚੇ ਪਾਤਸ਼ਾਹ ਜੀ ਮੱਸਿਆ ਦੇ ਦਿਹਾੜੇ ਦੇ ਪੰਜ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਦੇ ਭੋਗ ਪਾਏ ਹਨ ਸੱਚੇ ਪਾਤਸ਼ਾਹ ਜੀ ਇੱਕ ਸ੍ਰੀ ਅਖੰਡ ਪਾਠ ਦੀ ਸੇਵਾ ਸਮੂਹ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਵਾਮੀ ਮਹੇਸ਼ ਮੁਨੀ ਜੀ ਬਾਬੇ ਬੋਰੇ ਵਾਲਿਆਂ ਦੀ ਅੱਠਵੀਂ ਬਰਸੀ ਨੂੰ ਮੁੱਖ ਰੱਖਦੇ ਹੋਏ ਕਰਾਈ ਗਈ ਹੈ ਸੱਚੇ ਪਾਤਸ਼ਾਹ ਜੀ ਜਿਸ ਦੇ ਇਸ ਵੇਲੇ ਭੋਗ ਪਾਏ ਗਏ ਹਨ ਪਾਠੀ ਸਿੰਘਾਂ ਤੋਂ ਪਾਠ ਕਰਦਿਆਂ ਸੇਵਾਦਾਰਾਂ ਤੋਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ ਅੱਗੇ ਵਾਸਤੇ ਸਮਰਥ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਬਾਣੀ ਦਾ ਮਹੱਤਵ ਸੰਗਤਾਂ ਦੇ ਗੱਦਿਆਂ ਦੇ ਵਿਸਾਉਣਾ ਚੜ੍ਹਦੀ ਕਲਾ ਬਖਸ਼ਣੀ ਸੱਚੇ ਪਾਤਸ਼ਾਹ ਜੀ ਦੂਸਰੇ ਸ੍ਰੀ ਅਖੰਡ ਪਾਠ ਦੀ ਸੇਵਾ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਪਿੰਡ ਬਭੇਦੇ ਵਾਲੇ ਤੋਂ ਭਾਈ ਸੁਖਮੰਦਰ ਸਿੰਘ ਦੀ ਸਪੁੱਤਰੀ ਬੀਬੀ ਸਵਰਨਦੀਪ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੀਆਂ ਕਮਾਈਆਂ ਨੂੰ ਸੁਖਰਿਆ ਕਰਨ ਵਾਸਤੇ ਆਪ ਜੀ ਦਾ ਧੰਨਵਾਦ ਸ਼ੁਕਰਾਨਾ ਕਰਨ ਵਾਸਤੇ ਸੇਵਾ ਕਰਾਈ ਗਈ ਹੈ ਜਿਸ ਦੇ ਇਸ ਵੇਲੇ ਭੋਗ ਪਾਏ ਗਏ ਹਨ ਪਾਠੀ ਸਿੰਘਾਂ ਤੋਂ ਪਾਠ ਕਰਦਿਆਂ ਸੇਵਾਦਾਰਾਂ ਤੋਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ ਅੱਗੇ ਵਾਸਤੇ ਸਮਰਥ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਬਾਣੀ ਸੇਵ ਪਰਿਵਾਰ ਦੇ ਹਿਰਦੇ ਤੇ ਵਸਾਉਣੀ ਘਰ ਵਿੱਚ ਤੰਦਰੁਸਤੀਆਂ ਇਤਬਾਰ ਚੜ੍ਹਦੀ ਕਲਾਈਤਾ ਬਖਸ਼ਣੀ ਕਮਾਈ ਵਰਤਾ ਪਾਉਣੀ ਸੱਚੇ ਪਾਤਸ਼ਾਹ ਜੀ ਤੀਸਰੇ ਸ੍ਰੀ ਅਖੰਡ ਪਾਠ ਦੀ ਸੇਵਾ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਪਿੰਡ ਬਭੇਦੇ ਵਾਲੇ ਤੋਂ ਭਾਈ ਬਾਰੂ ਸਿੰਘ ਕਨੇਡਾ ਇਹਨਾਂ ਦੇ ਪਰਿਵਾਰ ਵੱਲੋਂ ਕਾਕਾ ਜਗਦੇਵ ਸਿੰਘ ਨੂੰ ਸਰਕਾਰੀ ਨੌਕਰੀ ਮਿਲਣ ਦੀ ਖੁਸ਼ੀ ਨੂੰ ਕਰਦੇ ਹੋਏ ਆਪ ਜੀ ਦਾ ਟੁੱਟਣ ਤੋਂ ਧੰਨਵਾਦ ਸ਼ੁਕਰਾਨਾ ਕਰਨ ਵਾਸਤੇ ਸ੍ਰੀ ਅਖੰਡ ਪਾਠ ਦੀ ਸੇਵਾ ਕਰਾਈ ਗਈ ਹੈ ਜੀ ਜਿਸ ਦੇ ਇਸ ਵੇਲੇ ਭੋਗ
ਪਾਏ ਗਏ ਹਨ ਪਾਠੀ ਸਿਮਰਤ ਪਾਠ ਕਰਦੇ ਆ ਸੇਵਾਦਾਰਾਂ ਨੂੰ ਸੇਵਾ ਕਰਦੇ ਆ ਦੁਨੀਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਅੱਗੇ ਵਾਸਤੇ ਸਮਰਥ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਰ ਪ੍ਰਵਾਨ ਕਰਨੀ ਪੜ੍ਹੀ ਸੁਣੀ ਬਾਣੀ ਦਾ ਮਹੱਤਵ ਨੂੰ ਸੇਵ ਪਰਿਵਾਰ ਦੇ ਹਿੱਤ 'ਤੇ ਵਸਾਉਣਾ ਘਰ ਵਿੱਚ ਤੰਦਰੁਸਤੀਆਂ ਚੜ੍ਹ ਕਰਾਈ ਤਾਂ ਬਖਸ਼ਣੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਹਾਇਤਾ ਕਰਨੀ ਸੱਚੇ ਪਾਤਸ਼ਾਹ ਜੀ ਚੌਥੇ ਸ੍ਰੀ ਅਖੰਡ ਪਾਠ ਦੀ ਸੇਵਾ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਸੇਵ ਪਰਿਵਾਰ ਭਾਈ ਚੰਦ ਚਰਨਜੀਤ ਸਿੰਘ ਮੁਕਤਸਰ ਸਮੂਹ ਪਰਿਵਾਰ ਵੱਲੋਂ ਕਿਸੇ ਸਮੇਂ ਭਾਈ ਚਰਨਜੀਤ ਸਿੰਘ ਜੀ ਸਰੀਰ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਸੀ ਜੋ ਆਪ ਜੀ ਨੇ ਕਿਰਪਾ ਕੀਤੀ ਭਾਈ ਚਰਨਜੀਤ ਸਿੰਘ ਨੂੰ ਸਰੀਰ ਤੰਦਰੁਸਤੀ ਬਖਸ਼ੀ ਆਪ ਜੀ ਦਾ ਕੋਟ ਕੋਟ ਧੰਨਵਾਦ ਸ਼ੁਕਰਾਨਾ ਕਰਨ ਵਾਸਤੇ ਸੁਖਨਾ ਨੂੰ ਅਦਾ ਕਰਨ ਵਾਸਤੇ ਇੱਕ ਸ੍ਰੀ ਅਖੰਡ ਪਾਠ ਦੀ ਸੇਵਾ ਇਹਨਾਂ ਵੱਲੋਂ ਕਰਾਈ ਗਈ ਹੈ ਜੀ ਜਿਸ ਦੇ ਇਸ ਵੇਲੇ ਭੋਗ ਪਾਏ ਗਏ ਹਨ ਪਾਠੀ ਸਿੰਘ ਪਾਠ ਕਰਦੇ ਹਾਂ ਸੇਵਾਦਾਰਾਂ ਨੂੰ ਸੇਵਾ ਕਰਦੇ ਹੋਏ ਜਾਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਰ ਪ੍ਰਵਾਨ ਕਰਨੀ ਪੜ੍ਹੀ ਸੁਣੀ ਬਾਣੀ ਸੇਵ ਪਰਿਵਾਰ ਦੇ ਦਰਜੇ 'ਤੇ ਸਾਨੂੰ ਘਰ ਵਿੱਚ ਤੰਦਰੁਸਤੀ ਅਖਬਾਰ ਖੜ੍ਹੀ ਕਰਾਏ ਤਾਂ ਸਿੱਖੀ ਜੀ ਨੂੰ ਬਖਸ਼ਣਾ ਜੀ ਪੰਜਵੇਂ ਸ੍ਰੀ ਅਖੰਡ ਪਾਠ ਦੀ ਸੇਵਾ ਆਪ ਜੀ ਦੇ ਦਰ ਘਰ ਦੇ ਸੇਵ ਪਰਿਵਾਰ ਪਿੰਡ ਬਘੇਦੇ ਵਾਲੇ ਤੋਂ ਭਾਈ ਨਛੱਤਰ ਸਿੰਘ ਨੰਬਰਦਾਰ ਦੇ ਸਮੂਹ ਪਰਿਵਾਰ ਵੱਲੋਂ ਆਪਣੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਤ ਕਲਾ ਵਾਸਤੇ ਕਮਾਈਆਂ ਸੱਭਿਆਤਕ ਵਾਸਤੇ ਇੱਕ ਸ੍ਰੀ ਅਖੰਡ ਪਾਠ ਦੀ ਸੇਵਾ ਕਰਾਈ ਗਈ ਹੈ ਜੀ ਜਿਸ ਦੇ ਇਸ ਵੇਲੇ ਭੋਗ ਪਾਏ ਗਏ ਹਨ ਪਾਠੀ ਸਿੰਘ ਪਾਠ ਕਰਦੇ ਹਾਂ ਸੇਵਾਦਾਰਾਂ ਨੂੰ ਸੇਵਾ ਕਰਦੇ ਹਾਂ ਮੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਬਾਣੀ ਬਾਣੀ ਦਰ ਪ੍ਰਵਾਨ ਕਰਨੀ ਬਾਣੀ ਦਾ ਮਹੱਤਵ ਸੇਵ ਪਰਿਵਾਰ ਦੇ ਹਿੱਤ 'ਤੇ ਸੋਨਾ ਘਰ ਵਿੱਚ ਤੰਦਰੁਸਤੀਆਂ ਅਖਬਾਰ ਕਰੇ ਬਖਸ਼ਣਾ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਅੰਗ ਸੰਗਤ ਆਏ ਰੱਖਿਆ ਕਰਨੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਗੁਰੂ ਘਰ ਦੇ ਸੇਵਕ ਪਰਿਵਾਰ ਪਿੰਡ ਬਘੇਲੇ ਵਾਲੇ ਤੋਂ ਭਾਈ ਭੋਲਾ ਸਿੰਘ ਸੰਧੂ ਆਵਲੈਂਡ ਵਾਲੇ ਸਮੂਹ ਪਰਿਵਾਰ ਵੱਲੋਂ ਗੁਰੂ ਘਰ ਵਾਸਤੇ 69,000 ਦੇ ਬਰਤਨਾਂ ਦੀ ਸੇਵਾ ਕੀਤੀ ਗਈ ਹੈ ਸੱਚੇ ਪਾਤਸ਼ਾਹ ਜੀ ਜਿਸ ਭਾਵਨਾ ਨੂੰ ਸੇਵਕ ਪਰਿਵਾਰ ਨੇ ਮੁੱਖ ਰੱਖ ਕੇ ਸੇਵਾ ਕੀਤੀ ਹੈ ਸੇਵਕ ਪਰਿਵਾਰ ਦੀਆਂ ਭਾਵਨਾ ਪੂਰੀਆਂ ਕਰਨੀਆਂ ਚੜ੍ਹਦੀ ਕਲਾ ਬਖਸ਼ਣੀ ਗੁਰਸਿੱਖੀ ਜੀਵਨ ਕਾਰੋਬਾਰ ਵਿੱਚ ਵਾਧੇ ਕਮਾਈ ਵਰਤਾ ਪਾਉਣੀਆਂ ਦਿਨ ਦੂਣੀ ਰਾਤ 'ਚ ਆਪਣੀ ਤਰੱਕੀ ਬਖਸ਼ਣੀ ਸੱਚੇ ਪਾਤਸ਼ਾਹ ਜੀ ਇਸ ਵੇਲੇ ਭੋਗਾਂ ਨੂੰ ਸਮੇਂ 'ਤੇ ਜੋ ਸਿੱਖ ਸੰਗਤਾਂ ਹਾਜ਼ਰ ਹਨ ਸਭ ਦੀ ਹਾਜ਼ਰੀ ਲਾਉਣੀ ਸਭ ਦੀ ਤੈਲਕ ਭੇਟਾ ਮਨਜ਼ੂਰ ਕਰਨੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਜੀ ਆਪਣੇ ਦਰੋਂ ਤੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣੀ ਕਰਨ ਕਰਨ ਸਫਲਾ ਕਰਨਾ ਸੱਚੇ ਪਾਤਸ਼ਾਹ ਜੀ ਭੋਗਾਂ ਦੀਆਂ ਖੁਸ਼ੀਆਂ ਨੂੰ ਮੁਕਤ ਰੱਖਦੇ ਹੋਏ ਸਮੂਹ ਸੰਗਤਾਂ ਵੱਲੋਂ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੈਰ ਛਾ ਕੇ ਪਹਿਨਾਏ ਗਏ ਹਨ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਲੋਕ ਦੇ ਪਰਦੇ ਕੱਢਣੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਚੜ੍ਹਦੀ ਕਲਾ ਬਖਸ਼ਣੀ ਸੱਚੇ ਪਾਤਸ਼ਾਹ ਜੀ ਭੋਗਾਂ ਦੀਆਂ ਖੁਸ਼ੀਆਂ ਨੂੰ ਮੁਕਤ ਰੱਖਦੇ ਹੋਏ ਸਮੂਹ ਸੰਗਤਾਂ ਵੱਲੋਂ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਸ਼ ਤਿਆਰ ਕਰਕੇ ਸਜਾਈ ਗਈ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਮੂਹ ਸੰਗਤਾਂ ਨੂੰ ਇਲਾਹੀ ਹੁਕਮਨਾਮੇ ਬਖਸ਼ ਕੇ ਕਿਰਤਾਰਤ ਕਰਨਾ ਜੀ ਹੁਕਮਨਾਮੇ ਦੇ ਚੱਲਣ ਦੀ ਬਾਲ ਬੁੱਧੀ ਸਮਰੱਥਾ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮੇਰਾ ਤੇਰਾ ਨਾਮ ਦਿਖਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਜੀ ਮਾਨੇ
ਸਤਿ ਤੋਂ ਉਧਾਰਨ ਸਤਿਗੁਰ ਮੇਰਾ ਬਹੁਤ
ਬਾਕੀ ਵਿਸ਼ਵੀ ਜਥਾ ਵੀ ਹਾਜ਼ਰ